ਪਿਆਰੀ ਸਾਹਿਬ ਸਿੰਘ ਜੀ ਕਰੋ ਰਸਨਾ ਪਵਿੱਤਰ ਗੱਲ ਕੀ ਬੁਲਾਓ ਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਵੀ ਜਿਹੜੇ ਮਰੀਜ਼ ਸੰਗਤ ਰੂਪ ਦੇ ਵਿੱਚ ਸਾਡੇ ਕੋਲ ਪਹੁੰਚ ਰਹੇ ਆ ਔਰ ਠੀਕ ਹੋ ਰਹੇ ਆ, ਉਹ ਜ਼ਰੂਰ ਸਾਨੂੰ ਦੱਸ ਕੇ ਜਾਇਆ ਕਰਨ। ਕੱਲ੍ਹ ਤਕਰੀਬਨ 10 ਮਰੀਜ਼ਾਂ ਕੋਲੋਂ ਪੁੱਛਿਆ ਗਿਆ, ਜਿਨ੍ਹਾਂ ਦੇ ਵਿੱਚ ਕਾਫ਼ੀ ਜਾਣਿਆਂ ਨੇ ਕਿਹਾ ਵੀ ਸਾਨੂੰ ਰਾਹਤ ਪਿਆ। ਅੱਜ ਵੀ ਮੈਂ ਤਕਰੀਬਨ ਸਾਰੀ ਸੰਗਤ ਨੂੰ ਪੁੱਛਿਆ, ਜਿਨ੍ਹਾਂ ਦੇ ਵਿੱਚੋਂ ਇੱਕ ਭੈਣ ਮੇਰੀ ਰਜਨੀ, ਉਹ ਖੜ੍ਹੀ ਹੋ ਕੇ ਦੱਸੇ ਵੀ ਮੈਨੂੰ, ਉਹਨਾਂ ਦੱਸਿਆ ਮੈਨੂੰ ਸਾਹ ਦੀ ਪ੍ਰੋਬਲਮ ਸੀਗੀ ਅਤੇ ਮੈਂ ਹੁਣ ਠੀਕ ਗਿਆ। ਸਾਰੀ ਸੰਗਤ ਨੂੰ ਦੱਸੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਸਾਹ ਦੀ ਪ੍ਰੋਬਲਮ ਸੀ, ਨਾਲ ਮੈਂ ਹਾਰਟ ਦੀ ਦਵਾਈ ਖਾਂਦੀ ਅਤੇ ਜਦੋਂ ਮੈਂ ਪਹਿਲੇ ਦਿਨ ਪੀਤਾ ਸੀ ਤਦੋਂ ਹੀ ਮੈਨੂੰ ਫਰਕ ਨਾ ਹਲਕਾ ਮਹਿਸੂਸ ਲੱਗਿਆ ਹੋਣਾ ਇਸ ਸਾਈਡ, ਮੈਨੂੰ ਪੂਰੀ ਸਰਦੀ 'ਚ ਹੈਵੀ ਲੱਗਾ ਸੀ ਇਸ ਸਾਈਡ ਪੂਰੀ ਅਤੇ ਮੈਨੂੰ ਬਹੁਤ ਫਰਕ ਪੈ ਰਿਹਾ ਸੀ। ਮੈਂ ਵਿਸ਼ਵਾਸ ਵੀ ਬਹੁਤ ਕਰਦੀ ਹਾਂ ਅਤੇ ਸਾਰੇ ਪੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ ਔਰ ਕਬਜ਼ ਵੀ ਬਹੁਤ ਜ਼ਿਆਦਾ ਰਹਿੰਦੀ ਸੀਗੀ, ਕਿਤੇ ਜਿੱਦਣ ਦਾ ਅਸੀਂ ਜੀਟ ਕਲਾਸ ਲੈ ਰਹੇ ਹਾਂ ਮੈਂ ਬਿਲਕੁਲ ਠੀਕ। ਉਸ ਤੋਂ ਬਾਅਦ ਭੈਣ ਮੇਰੀ ਬਦਲੀ ਨਾਮ, ਦੱਸੋ ਕੀ ਤੁਹਾਨੂੰ ਪ੍ਰੋਬਲਮ ਸੀ? ਇਹ ਕਹਿੰਦੇ ਨੀਂਦ ਨਹੀਂ ਸੀ ਆਉਂਦੀ ਮੈਨੂੰ, ਇਹ ਸਾਰੀ ਕਿਰਪਾ ਗੁਰੂ ਨਾਨਕ ਪਾਤਸ਼ਾਹ ਆਪ ਕਰ ਰਹੇ ਆ, ਉਹੀ ਕਰ ਰਹੇ। ਅੱਗੇ ਜੀ ਦਾਸ ਦੀਨਾ ਕਰਕੇ ਮੇਰੀ ਭੈਣ ਦਾ ਨਾਮ ਆ, ਹਾਂਜੀ ਖੜੇ ਹੋ ਕੇ ਕਹਿੰਦੇ ਲੱਤਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਸੀਗੀ, ਮੈਂ ਜਿੱਦਣ ਦਾ ਵੇਟ ਕਰਾਸ ਕਰ ਰਹੀ ਹਾਂ ਅਤੇ ਮੈਂ ਠੀਕ ਹਾਂ। ਦਰਮੀਤ ਕੌਰ, ਬੀਪੀ ਦੀ ਪ੍ਰੋਬਲਮ ਸੀ ਦਰਮੀਤ ਕੌਰ, ਹਰਜਿੰਦਰ ਕੌਰ ਥਾਈਰੋਇਡ ਦੀ ਪ੍ਰੋਬਲਮ ਸੀ, ਥਾਈਰੋਇਡ ਦੀ। ਹਾਂਜੀ ਦੱਸੋ, ਇੱਥੋਂ ਖੜੇ ਹੋ ਕੇ ਦੱਸ ਦਿਓ ਕੋਈ ਨਹੀਂ, ਜੇ ਨਹੀਂ ਇੱਥੋਂ ਖੜੇ ਹੋ ਕੇ ਵੈਸੇ ਸੰਗਤ ਦਰਸ਼ਨ ਕਰ ਲਿਆ ਕਰੋ, ਖੜੇ ਹੋ ਕੇ ਹੱਥ ਜੋੜ ਕੇ ਕਹਿ ਦਿਆ ਕਰੋ ਜੋ ਵੀ ਪੈਣ। ਇਹਨਾਂ ਨੂੰ ਥਾਈਰੋਇਡ ਦੀ ਪ੍ਰੋਬਲਮ ਸੀ ਅਤੇ ਹੁਣ ਕਾਫ਼ੀ ਰਾਹਤ ਆ। ਉਸ ਤੋਂ ਬਾਅਦ ਕੁਲਦੀਪ ਕੌਰ ਦਰਦਾਂ ਦੀ ਤਕਲੀਫ ਸੀ ਇਹਨਾਂ ਨੂੰ, ਤੁਹਾਡੇ
ਸੋਮਵਾਰ ਸ਼ੁੱਕਰਵਾਰ ਸ਼ੂਗਰ ਦੀ ਇਹਨਾਂ ਨੂੰ ਪ੍ਰੋਬਲਮ ਸੀਗੀ ਤੇ ਕਹਿੰਦੇ ਹੁਣ ਜਿੱਦਣ ਦਾ ਵੀਟ ਗਲਾਸ ਲੈ ਰਹੇ ਆ ਸ਼ੂਗਰ ਨੂੰ ਫੜ ਗਿਆ। ਉਸ ਤੋਂ ਬਾਅਦ ਕੁਲਦੀਪ ਕੌਰ ਬਲਵਿੰਦਰ ਕੌਰ ਜੀ ਗਲੇ ਦੀ ਤਕਲੀਫ ਸੀ ਬਲਵਿੰਦਰ ਕੌਰ ਠੀਕ ਹੈ ਜੀ ਇਹ ਕਹਿੰਦੇ ਵੀ ਤੁਸੀਂ ਆਪ ਹੀ ਦੱਸ ਦਿਓ ਚਲੋ ਇਹਨਾਂ ਨੂੰ ਗਲੇ ਦੀ ਤਕਲੀਫ ਸੀ ਗਲਾ ਪੱਕਾ ਹੀ ਦਿੰਦਾ ਸੀ। ਹੁਣ ਇੱਥੇ ਇਹ ਵੀ ਮਰਜ਼ੀ 'ਚ ਸਾਨੂੰ ਕਹਿੰਦੇ ਆ ਵੀ ਬਾਬਾ ਜੀ ਜਦੋਂ ਦਾ ਅਸੀਂ ਬੀਟ ਗਲਾਸ ਲੈਂਦੇ ਹਾਂ ਸਾਨੂੰ ਥੋੜ੍ਹੀ ਜਿਹੀ ਗਲੇ 'ਚ ਖਾਰਿਸ਼ ਹੁੰਦੀ ਆ ਹੁਣ ਇੱਥੇ ਕੀ ਕਰਾਂਗੇ ਇਹਨਾਂ ਦਾ ਪਹਿਲਾਂ ਹੀ ਗਲਾ ਪੱਕਾ ਰਹਿੰਦਾ ਸੀ ਕਿ ਜਿੱਦਣ ਦਾ ਬੀਟ ਗਲਾਸ ਲੈਣ ਉਦਣ ਦਾ ਇਹਨਾਂ ਦਾ ਗਲਾ ਠੀਕ ਹੋ ਗਿਆ। ਕਈ ਵਾਰੀ ਮੌਸਮ 'ਚ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਆ ਘਬਰਾਉਣ ਦੀ ਲੋੜ ਨਹੀਂ ਕੋਈ ਇਹਦੇ ਵਿੱਚ ਆਪਾਂ ਕੋਈ ਇਹੋ ਜਿਹੀ ਚੀਜ਼ਾਂ ਨਹੀਂ ਪਾਈਦੀਆਂ ਜਿਹਦੇ ਨਾਲ ਕੋਈ ਕਿਸੇ ਨੂੰ ਨੁਕਸਾਨ ਹੋਵੇ ਤੁਹਾਡੇ ਸਾਹਮਣੇ ਸਾਰਾ ਕੁਝ ਪੁੱਟ ਰਹੇ ਹਾਂ ਔਰ ਮਰਿਆਦਾ ਦੇ ਵਿੱਚ ਪੁੱਟ ਰਹੇ ਹਾਂ ਉਹਨੂੰ ਹਾਜ਼ਰ ਕਰਕੇ ਹੀ ਪੁੱਟ ਰਹੇ ਹਾਂ ਵਹਿਮ ਨਹੀਂ ਕਰਨਾ ਕਿਸੇ ਗੱਲ ਦਾ। ਉਸ ਤੋਂ ਬਾਅਦ ਸਾਡੇ ਨਗਰ ਤੋਂ ਪੱਤਰਕਾਰ ਤੋਂ ਆਏ ਸੁੱਚਾ ਸਿੰਘ ਉਹ ਕਹਿੰਦੇ ਸੀ ਮੇਰੇ ਗੋਡੇ ਬਹੁਤ ਦੁਖਦੇ ਆ ਕਬਜ਼ ਦੀ ਪ੍ਰੋਬਲਮ ਰਹਿੰਦੀ ਆ ਹਾਂਜੀ ਕਹਿੰਦੇ ਜੀ ਮੈਂ ਹੁਣ ਠੀਕ ਹਾਂ ਬਹੁਤ ਜ਼ਿਆਦਾ ਫਰਕ ਗੁਰੂ ਨਾਨਕ ਪਾਤਸ਼ਾਹ ਇੱਦਾਂ ਹੀ ਕਿਰਪਾ ਰੱਖਣ ਇਹਨਾਂ 'ਤੇ। ਉਸ ਤੋਂ ਬਾਅਦ ਸਾਡੇ ਨਗਰ ਤੋਂ ਦਾਰਾ ਸਿੰਘ ਜੀ ਆਏ ਆ ਇਹਨਾਂ ਨੂੰ ਬੀਪੀ ਦੀ ਪ੍ਰੋਬਲਮ ਸੀ ਜਿੱਦਣ ਦਾ ਵੀਟ ਗਲਾਸ ਲੈ ਰਹੇ ਆ ਆਹ ਬਣੀ ਨਾ ਗੱਲ ਇੱਦਾਂ ਆਣ ਕੇ ਦੱਸਿਆ ਕਰੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੀਪੀ ਦੀ ਪ੍ਰੋਬਲਮ ਸੀ ਮੇਰਾ 10 ਸਾਲ ਹੋ ਗਿਆ ਰੋਜ਼ ਇੱਕ ਗੋਲੀ ਖਾਂਦਾ ਸੀ ਹੁਣ ਮੈਨੂੰ 15-16 ਦਿਨ ਹੋਏ ਵੀਟ ਗਲਾਸ ਪੀਂਦੇ ਨੂੰ ਮੈਂ ਹੁਣ 5-6 ਦਿਨ ਇੱਕ ਗੋਲੀ ਲੈਂਦਾ ਹੁਣ ਬੜੀ ਮਦਦ ਦੀ ਕਿਰਪਾ ਵਾਹਿਗੁਰੂ ਜੀ ਕਿਉਂਕਿ ਸਾਰੀਆਂ ਪ੍ਰੋਬਲਮਾਂ ਠੀਕ ਕਰਨ ਦਿਆਂ ਨੇ। ਉਸ ਤੋਂ ਬਾਅਦ ਗੁਰਬਖਸ਼ ਸਿੰਘ ਸਾਡੇ ਕਰਤਾਰ ਨਗਰ ਤੋਂ ਕਹਿੰਦੇ ਸੀ ਐਲਰਜੀ ਦੀ ਪ੍ਰੋਬਲਮ ਬਹੁਤ ਦੇਖਦੀ ਸੀ ਪੁਰਾਣੀ ਠੀਕ ਹੈ ਅੱਗੇ ਨਾਲ ਐਲਰਜੀ ਦੀ ਪ੍ਰੋਬਲਮ ਵੀ ਠੀਕ ਹੈ। ਸੁਖਵੰਤ ਸਿੰਘ ਸ਼ੂਗਰ ਸੀ ਉਹਨਾਂ ਨੂੰ ਠੀਕ ਹੈ ਜੀ ਖੜੇ ਹੋ ਕੇ ਸੰਗਤ ਖੜੇ ਹੋ ਕੇ ਇੱਥੋਂ ਕਹਿ ਦਿਓ ਸਾਨੂੰ ਹੌਸਲਾ ਦੇ ਦਿਆ ਕਰੋ ਤਕਰੀਬਨ ਜਿੰਨਿਆਂ ਨੂੰ ਪੁੱਛਿਆ ਸਾਰਿਆਂ ਨੇ ਕਿਹਾ ਵੀ ਸਾਨੂੰ 2 ਦਿਨ ਹੋ ਗਏ ਜਾਂ 4 ਦਿਨ ਹੋ ਗਿਆ ਪੀਂਦਿਆਂ ਨੂੰ ਪਰ ਫਰਕ ਆ ਇਹ ਉਹ ਮਰੀਜ਼ਾਂ ਨੂੰ ਪੁੱਛਿਆ ਗਿਆ ਜਿਹੜੇ 10-12-15 ਦਿਨ ਹੋ ਗਿਆ ਲਗਾਤਾਰ ਵੀਟ ਗਲਾਸ ਲੈਂਦੇ ਆ ਤੇ 3 ਮਹੀਨੇ ਦਾ ਅਸੀਂ ਕੋਰਸ ਰੱਖਿਆ ਵੀ ਘੱਟੋ ਘੱਟ 3 ਮਹੀਨੇ ਆਪਾਂ ਵੀਟ ਗਲਾਸ ਲਈਏ ਪਹਿਲਾਂ ਟੈਸਟ ਬੋਡੀ ਤੇ ਕਰਵਾ ਲਈਏ ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਟੈਸਟ ਕਰਾ ਕੇ ਸਾਨੂੰ ਦੱਸੋ ਵੀ ਬਾਬਾ ਜੀ ਕੀ ਰਾਹ ਦਿੱਤਾ। ਭਾਵਨਾ ਦੇ ਨਾਲ ਆਉਣਾ ਗੁਰੂ ਤੇ ਭਰੋਸਾ ਕਰਕੇ ਆਉਣਾ ਜਿਹਨੂੰ ਵੀ ਮੰਨਦੇ ਆ ਕੋਈ ਰਾਮ ਨੂੰ ਮੰਨਦਾ ਕੋਈ ਸ਼ਾਮ ਨੂੰ ਮੰਨਦਾ ਕੋਈ ਅੱਲਾ ਨੂੰ ਮੰਨਦਾ ਸਾਡੇ ਦੀ ਸਾਰੀ ਇੱਥੇ ਬੈਠ ਕੇ ਉਹਦਾ ਨਾਂ ਜ਼ਰੂਰ ਲਿਆ
ਜਿਹਨੂੰ ਜਦੋਂ ਵੀ ਕੋਈ ਯਾਦ ਕਰਦਾ ਸਾਡੀ ਵੀ ਹਾਜ਼ਰੀ ਲੱਗ ਜਾਇਆ ਕਰੂਗੀ। ਇੱਥੇ ਹੀ ਦਾਸ ਸਮਾਂ ਦਾ ਦਰਸ਼ਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।